ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਦੈਨਿਕ ਉਜਾਲਾ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ। ਹਾਂ ਤਾਂ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਇਲੈਕਸ਼ਨ 2024 ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਅਤੇ ਜੇ ਗੱਲ ਕਰੀਏ ਪੂਰੇ ਪੰਜਾਬ ਦੀ, ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਰਾਜਨੀਤਿਕ ਲੀਡਰ ਨੇ, ਉਹਨਾਂ ਨੇ ਆਪਣੇ ਆਪਣੇ ਰਾਜਨੀਤਿਕ ਖਿਡਾਰੀ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ। ਅਤੇ ਗੱਲ ਕਰੀਏ ਸਭ ਤੋਂ ਪਹਿਲਾਂ ਇੱਕ ਜਲੰਧਰ ਦੀ ਗੱਲ ਕਰਦੇ ਹਾਂ। ਜਲੰਧਰ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਜਲੰਧਰ ਸੀਟ ਬੜੀ ਹੋਟ ਸੀਟ ਮੰਨੀ ਗਈ ਹੈ, ਪਰ ਇਹਦੇ ਵਿੱਚ ਜਿੰਨੇ ਵੀ ਰਾਜਨੀਤਿਕ ਖਿਡਾਰੀ ਨੇ, ਉਹਨਾਂ ਨੇ ਇੱਕੋ ਸੋਚ ਰੱਖੀ ਕਿ ਇਸ ਵਾਰ ਜਲੰਧਰ ਦੇ ਵਿੱਚ ਅਸੀਂ ਆਪਣਾ ਕਿਹੜਾ ਕੈਂਡੀਡੇਟ ਉਤਾਰਨਾ ਜਾਂ ਕਿਹੜਾ ਨਹੀਂ ਉਤਾਰਨਾ। ਬਹੁਤ ਸਾਰੀ ਸੋਚ ਇਕੱਠੀ ਕਰਕੇ ਹਰ ਪਾਰਟੀ ਨੇ ਇਸ ਜਲੰਧਰ ਸੀਟ ਦੇ ਵਾਸਤੇ ਆਪਣੇ ਕੈਂਡੀਡੇਟ ਉਤਾਰੇ। ਗੱਲ ਕਰੀਏ ਜਲੰਧਰ, ਆਮ ਆਦਮੀ ਪਾਰਟੀ ਤੋਂ ਹਾਰਿਆ ਹੋਇਆ ਇੱਕ ਕੈਂਡੀਡੇਟ ਸੀ ਸੁਸ਼ੀਲ ਰਿੰਕੂ, ਅਤੇ ਸੁਸ਼ੀਲ ਰਿੰਕੂ ਨੂੰ BJP ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ। ਅਤੇ ਉਸ ਨੇ ਫੈਸਲਾ ਲਿਆ ਕਿ ਕਿਉਂ ਨਾ ਦੂਜੀ ਪਾਰਟੀ ਦਾ ਜਿਹੜਾ ਰਾਜਨੀਤਿਕ ਖਿਡਾਰੀ ਹੈ ਇਹਨੂੰ ਆਪਣੀ ਪਾਰਟੀ ਵਿੱਚ ਲੈ ਕੇ ਆਈਏ, ਤਾਂ ਸ਼ਾਇਦ ਕੁਝ ਨਾ ਕੁਝ ਨਵੀਂ ਰਣਨੀਤੀ ਬਣ ਸਕਦੀ ਹੈ। ਪਰ ਦੂਜੇ ਪਾਸੇ ਕਾਂਗਰਸ ਨੇ ਵੀ ਇਹੀ ਸੋਚਿਆ ਕਿ ਇਸ ਵਾਰ ਜਲੰਧਰ ਦੀ ਹੋਰ ਸੀਟ, ਉਹਨਾਂ ਨੇ ਵੀ ਬਹੁਤ ਸਮਾਂ ਲਗਾਇਆ ਜਲੰਧਰ ਵਾਸਤੇ ਕਿਹੜਾ ਕੈਂਡੀਡੇਟ ਫਾਈਨਲ ਕਰਨਾ ਜਾਂ ਕਿਹੜਾ ਨਹੀਂ ਕਰਨਾ। ਉਹਨਾਂ ਨੇ ਫਿਰ ਫਾਈਨਲ ਕੀਤਾ ਐਕਸ CM ਚਰਨਜੀਤ ਚੰਨੀ। ਅਤੇ ਚਰਨਜੀਤ ਚੰਨੀ ਤੋਂ ਬਾਅਦ ਜੇ ਦੇਖਿਆ ਜਾਏ ਤਾਂ ਮੁਕਾਬਲਾ ਬੜਾ ਟਫ ਹੁੰਦਾ ਜਾ ਰਿਹਾ ਸੀ। ਬਹੁਤ ਸਾਰੇ ਹੋਰ ਵੀ ਕੈਂਡੀਡੇਟ ਰਾਜਨੀਤੀ ਦੇ ਮੈਦਾਨ ਦੇ ਵਿੱਚ ਉਤਾਰੇ ਗਏ, ਅਤੇ ਚੰਨੀ ਦੀ ਇਸ ਰਾਜਨੀਤੀ ਦੇ ਤੂਫਾਨ ਦੇ ਵਿੱਚ ਚੰਨੀ ਦੀ ਹਵਾ ਥੋੜ੍ਹੀ ਤੇਜ਼ ਦਿਖਾਈ ਦੇਣ ਲੱਗੀ। ਅਤੇ ਉਸ ਤੋਂ ਬਾਅਦ ਇੱਕ ਪਾਰਟੀ ਹੋਰ ਸੀ, ਉਹ ਰਹਿ ਗਈ। ਉਹਨੇ ਸੋਚਿਆ ਕਿ ਹੁਣ ਕੀ ਕੀਤਾ ਜਾਏ, ਇਸ ਮੁਕਾਬਲੇ ਦੇ ਵਿੱਚ ਕਿਹੜੇ ਕੈਂਡੀਡੇਟ ਨੂੰ ਉਤਾਰਿਆ ਜਾਵੇ। ਅਤੇ ਸਭ ਤੋਂ ਪਹਿਲਾਂ ਜਿਹੜਾ ਹੈਲੀਕਾਪਟਰ ਉਤਾਰਿਆ ਗਿਆ ਚੰਨੀ ਦਾ, ਚੰਨੀ ਤੋਂ ਬਾਅਦ ਚੰਨੀ ਨੂੰ ਇਸ ਰਾਜਨੀਤੀ ਦੇ ਮੈਦਾਨ ਦੇ ਵਿੱਚ ਟੱਕਰ ਦੇਣ ਦੇ ਵਾਸਤੇ ਅਕਾਲੀ ਦਲ ਨੇ ਇੱਕ ਆਪਣਾ ਨਵਾਂ ਮੋਰਾ ਤਿਆਰ ਕੀਤਾ। ਕਾਂਗਰਸ ਪਾਰਟੀ ਤੋਂ ਚੋਰੀ ਕੀਤਾ ਕੈਂਡੀਡੇਟ, ਚੋਰੀ ਦਾ ਮਤਲਬ ਉੱਥੋਂ ਚੱਕਿਆ। 50 ਸਾਲ ਗੱਲ ਕਰੀਏ ਰਾਜਨੀਤੀ ਦਾ ਸਫ਼ਰ ਕਾਂਗਰਸ ਦੇ ਵਿੱਚ ਉਹਨਾਂ ਨੇ ਹੰਡਾਇਆ। ਬੇਦਾਗ ਕਹਿ ਸਕਦੇ ਕਿ ਬੜੇ ਬੇਦਾਗ ਇਨਸਾਨ ਨੇ, ਉਹਨਾਂ ਨੇ ਬਹੁਤ ਇਮਾਨਦਾਰੀ ਨਾਲ ਕਾਂਗਰਸ ਪਾਰਟੀ ਦੇ ਵਿੱਚ ਕੰਮ ਕੀਤਾ। ਉਹਨਾਂ ਦੀ ਕੀ ਮਜਬੂਰੀ ਸੀ ਕਿ ਉਹਨਾਂ ਨੂੰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਾ ਪਿਆ। ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਹੈਲੀਕਾਪਟਰ ਉਤਾਰਿਆ ਅਤੇ ਮਹਿੰਦਰ ਸਿੰਘ KP ਨੂੰ ਜਲੰਧਰ ਹਲਕੇ ਤੋਂ ਜਿਹੜੀ ਟਿਕਟ ਫਾਈਨਲ ਕੀਤੀ। ਅਤੇ ਫਾਈਨਲ ਕਰਨ ਤੋਂ ਬਾਅਦ ਇੱਕਦਮ ਕੀ ਹੋਇਆ, ਚਰਨਜੀਤ ਚੰਨੀ ਜਿਹੜਾ ਕਿ ਰਾਜਨੀਤੀ ਦੇ ਤੂਫਾਨ ਦੇ ਵਿੱਚ ਪੂਰੀ ਹਵਾ ਵਿੱਚ ਝੂਮ ਲਿਆ ਸੀ, ਪਰ ਉਹ ਵੀ ਘਬਰਾ ਗਿਆ ਮਹਿੰਦਰ ਸਿੰਘ KP ਨੂੰ ਵੇਖ ਕੇ, ਡਰ ਗਿਆ ਕਿ ਹੁਣ ਕੀ ਹੋਏਗਾ। ਕਿਉਂਕਿ ਜਿੰਨੇ ਵੀ ਜਲੰਧਰ ਤੋਂ ਕੈਂਡੀਡੇਟ ਉਤਾਰੇ ਗਏ ਨੇ ਸਾਰੇ ਹੀ ਗੱਲ ਕਰੀਏ SC ਕੈਂਡੀਡੇਟ ਨੇ, ਔਰ ਖਾਸ ਕਰਕੇ ਇੱਕੋ ਹੀ ਧਰਮ ਨੂੰ ਬਿਲੋਂਗ ਕਰਦੇ ਨੇ। ਹਰ ਇੱਕ ਦੀ ਸੋਚ ਸੀ ਕਿ ਉਹਨਾਂ ਪਵਨ ਟੀਨੂ ਨੂੰ ਉਤਾਰਿਆ ਗਿਆ, ਉਹ ਵੀ ਇੱਕੋ ਹੀ ਕਾਸਟ ਦਾ, ਮਹਿੰਦਰ ਸਿੰਘ KP ਉਹ ਵੀ ਇੱਕੋ ਕਾਸਟ ਦਾ, ਅਤੇ ਚਰਨਜੀਤ ਚੰਨੀ ਹੋਈ ਅਤੇ ਰਿੰਕੂ ਸਾਰੇ ਹੀ ਇੱਕੋ ਕਾਸਟ ਦੇ ਕੈਂਡੀਡੇਟ। ਇਹਨਾਂ ਦੀਆਂ ਵੋਟਾਂ ਕਿਵੇਂ ਕਿਵੇਂ ਹੁਣ ਵੋਟਿੰਗ ਹੋਣੀ ਹੈ, ਕਾਸਟ ਦੀ ਜਿਹੜੀ ਵੋਟ ਆ ਕਿਵੇਂ ਕਿਵੇਂ ਵੰਡੀ ਜਾਣੀ ਆ, ਅਤੇ ਸਾਰਿਆਂ ਨੇ ਹੁਣ ਫਿਰ ਉਹੀ ਗੱਲ ਕਰਾਂਗਾ ਮੁੜ ਕੇ। ਚਰਨਜੀਤ ਚੰਨੀ ਦਾ ਹੈਲੀਕਾਪਟਰ ਉਤਰਿਆ, ਉਸ ਤੋਂ ਬਾਅਦ ਸੁਸ਼ੀਲ ਰਿੰਕੂ
ਉਹ ਵੀ ਹੈਲੀਕਾਪਟਰ 'ਤੇ ਆਏ ਅਤੇ ਅਲੱਗ ਅਲੱਗ ਜਿੰਨੇ ਵੀ ਕੈਂਡੀਡੇਟ ਸਾਰੇ ਉਤਰਦੇ ਗਏ। ਹੁਣ ਗੱਲ ਹੈ ਕਿ ਇਸ ਇਲੈਕਸ਼ਨ ਲੋਕ ਸਭਾ ਦੇ ਵਿੱਚ ਚਰਨਜੀਤ ਚੰਨੀ ਨੂੰ ਕੌਣ ਦੇਵੇਗਾ ਮਾਤ, ਅਤੇ ਇਹ ਫੈਸਲਾ ਹੈ ਸਾਰਾ ਤੁਹਾਡੀ ਜਨਤਾ ਦੇ ਹੱਥ ਦੇ ਵਿੱਚ। ਤੁਸੀਂ ਆਪਣੇ ਸਾਰੇ ਜਿਹੜੇ ਵੀ ਤੁਹਾਡੇ ਸੁਝਾਵ ਨੇ ਸਾਨੂੰ ਕਮੈਂਟ ਬਾਕਸ ਵਿੱਚ ਦਿਓ। ਉਮੀਦ ਹੈ ਕਿ ਸਾਡਾ ਅੱਜ ਦਾ ਜਿਹੜਾ ਐਪੀਸੋਡ ਹੈ ਤੁਹਾਨੂੰ ਕਿਹੋ ਜਿਹਾ ਲੱਗਾ, ਤੁਹਾਡੀ ਸੋਚ ਕੀ ਹੈ, ਡਿਪੈਂਡ ਕਰਦਾ ਤੁਹਾਡੇ ਉੱਪਰ। ਅਤੇ ਉਮੀਦ ਕਰਦੇ ਹਾਂ, ਇੰਤਜ਼ਾਰ ਕਰਦੇ ਹਾਂ ਤੁਹਾਡੇ ਕਮੈਂਟਾਂ ਦੀ। ਇਹਨਾਂ ਕਮੈਂਟਾਂ ਤੋਂ ਪਤਾ ਲੱਗ ਜਾਏਗਾ ਆਉਣ ਵਾਲੇ ਟਾਈਮ 'ਤੇ ਚੰਨੀ ਨੂੰ ਕਿਹੜਾ ਲੀਡਰ ਦੇ ਸਕਦਾ ਹੈ ਮਾਤ। ਸਤਿ ਸ਼੍ਰੀ ਅਕਾਲ।